ਕੀ ਨਾਮ ਜੀ ਦਾ? ਮੇਰਾ ਨਾਮ ਦਰਜੀਤ ਕੌਰ। ਅੱਜ ਤੁਸੀਂ ਇੱਕ ਮੰਗ ਪੱਤਰ ਦਿੱਤਾ ਆ SMO ਸਾਹਿਬ ਨੂੰ ਸਿਵਲ ਸਰਜਨ ਪ੍ਰਸ਼ਾਸਨ ਦੇ ਖਿਲਾਫ਼, ਕੀ ਕਾਰਨ ਹੈਗਾ ਆਪਣਾ ਸਿਵਲ ਹੋਸਪਿਟਲ ਕਪੂਰਥਲਾ ਵਿੱਚ? ਸਾਡੇ ਸਭ ਨੂੰ ਪਤਾ ਹੈਗਾ ਇੰਨੀ ਜ਼ਿਆਦਾ ਸਟਾਫ ਦੀ ਸ਼ੋਰਟੇਜ ਹੈ ਹਰ ਮੁਲਾਜ਼ਮ ਕੈਟਾਗਰੀ ਦੀ, ਨਰਸਿੰਗ ਸਟਾਫ, ਡਾਕਟਰਸ, ਕਲਾਸ ਫੋਰ, ਸਫਾਈ ਸੇਵਕ, ਰਿਟਾਇਰਮੈਂਟ ਸਾਰਿਆਂ ਦੀ ਹੋਣੀ ਜਾ ਰਹੀ ਹੈ। ਨਵੀਆਂ ਪੋਸਟਾਂ ਗੌਰਮੈਂਟ ਕੱਢ ਹੀ ਨਹੀਂ ਰਹੀ ਹੈਗੀ, ਜਿਹਦੇ ਕਰਕੇ ਦਿਨ ਹਰ ਮਤਲਬ ਕਿ ਵੱਧ ਤੋਂ ਵੱਧ ਦਿਨ ਹਾਲਾਤ ਹੋ ਰਹੇ ਹੈਗੇ ਸਾਰੇ, ਹਰ ਇੱਕ ਚੀਜ਼ ਦੇ ਕੰਮ ਕਰਨ ਸਭ ਦੇ। ਮੈਨੂੰ ਕਿੰਨਾ ਕੁ ਸਟਾਫ ਦੀ ਸ਼ੋਰਟੇਜ ਹੈਗੀ ਆ ਸਾਡੇ? ਦੇਖੋ ਜੀ, ਪਹਿਲਾਂ 100 ਬੈਡਸ 'ਤੇ 48 ਨਰਸਿੰਗ ਸਟਾਫ ਦੀ ਸੀਗਾ, ਜਾ ਕੇ ਹੁਣ ਉਹ ਹੋਸਪਿਟਲ ਅਪਗ੍ਰੇਡ ਹੋ ਗਏ, 200 ਬੈਡਡ ਹੋਇਆ ਹੋਇਆ, ਉਹਦੇ ਵਿੱਚ 24 ਸਟਾਫ ਟੋਟਲ ਹੈਗੀਆਂ, ਜਿਨ੍ਹਾਂ ਵਿੱਚੋਂ 4 ਸਟਾਫ ਸਾਡੀਆਂ ਮਟਰਨਿਟੀ ਲੀਵ 'ਤੇ ਗਈਆਂ ਹੈਗੀਆਂ। 20 ਸਟਾਫਾਂ ਦੇ ਨਾਲ ਪੂਰਾ ਹੋਸਪਿਟਲ 24 hours ਚੱਲ ਰਿਹਾ ਹੈਗਾ। ਮੈਡਮ, ਸਰਕਾਰ ਤਾਂ ਕਹਿ ਰਹੀ ਆ ਕਿ ਜਿਹੜੀ ਹੈਗੀ ਆ ਐਜੂਕੇਸ਼ਨ ਔਰ ਮੈਡੀਕਲ ਨੂੰ ਬਹੁਤ ਵਧਾਵਾ ਦੇਣਾ ਆ, ਅਸੀਂ ਆਮ ਆਦਮੀ ਕਲੀਨਿਕ ਖੋਲ੍ਹੇ ਹੋਏ ਆ, ਇਹ ਕਹਿ ਰਹੇ ਆ ਕਿ ਕਪੂਰਥਲੇ 'ਚ ਵੀ ਖੋਲ੍ਹੇ ਹੋਏ ਆ, ਪਰ ਸਿਵਲ ਹੋਸਪਿਟਲ ਤੁਸੀਂ ਕਹਿ ਰਹੇ ਕਿ ਇੱਥੇ ਸਟਾਫ ਦੀ ਬਹੁਤ ਕਮੀ ਹੈ? ਦੇਖੋ ਜੀ, ਜਿਹੜਾ ਮੇਨ ਡਿਸਟ੍ਰਿਕਟ ਦਾ ਹੈੱਡ ਸਟੇਸ਼ਨ ਹੈ ਸਿਵਲ ਹੋਸਪਿਟਲ ਕਪੂਰਥਲਾ, ਜਿਹਨੇ ਪੂਰੇ ਡਿਸਟ੍ਰਿਕਟ ਨੂੰ ਕਵਰ ਕਰਨਾ ਵਾ, ਉੱਥੇ ਸਟਾਫ ਦੀ ਇੰਨੀ ਜ਼ਿਆਦਾ ਸ਼ੋਰਟੇਜ ਹੈ, ਪੈਰੀਫਿਰਲ ਦਾ ਤਾਂ ਤੁਸੀਂ ਕਹਿ ਕੀ ਸੋਚ ਸਕਦੇ ਹੋ। ਜਿੱਥੇ ਮੇਨ ਹੈੱਡ ਆਫਿਸ 'ਤੇ ਸਰਕਾਰ ਸਟਾਫ ਪੂਰਾ ਨਹੀਂ ਕਰ ਰਹੀ, ਉੱਥੇ ਪੇਸ਼ੈਂਟ ਨੂੰ ਫੈਸਿਲਿਟੀਜ਼ ਕੀ ਮਿਲਣਗੀਆਂ? ਹਰ ਰੋਜ਼ ਕੋਈ ਨਾ ਕੋਈ ਟੀਮ ਅਰਾਊਂਡ ਹੋ ਰਹੇ ਹੈਗੇ ਆ, ਜਿਨ੍ਹਾਂ ਦੇ ਕਰਕੇ ਸਾਡਾ ਰਾਊਂਡ ਕਰਾਉਣ ਦੇ ਕਰਕੇ ਸਾਡਾ ਡਬਲ ਕੰਮ ਵੱਧ ਜਾਂਦਾ ਹੈਗਾ। ਉਹਨਾਂ ਚੱਕਰਾਂ ਦੇ ਵਿੱਚ ਪੇਸ਼ੈਂਟ ਦੀ ਪ੍ਰੋਪਰ ਕੇਅਰ ਨਹੀਂ ਹੋ ਪੈਂਦੀ, ਕੁਛ ਪ੍ਰੋਪਰ ਉਹਨਾਂ ਨੂੰ ਪੂਰੀ ਜਾਂ ਉਹਨਾਂ ਦੀ ਦੇਖਭਾਲ ਨਹੀਂ ਹੋ ਪਾਉਂਦੀ ਰਾਊਂਡ ਕਰਾਉਣ ਦੇ ਚੱਕਰ ਦੇ ਵਿੱਚ। ਕੀ ਮੰਗ ਕਰਦੇ ਸਰਕਾਰ ਤੋਂ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਸਟਾਫ ਦੀ ਜਿਹੜੀ ਸ਼ੋਰਟੇਜ ਹੈ ਹਰ ਕੈਟਾਗਰੀਜ਼ ਦੇ ਵਿੱਚ, ਉਹ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ, ਤਾਂ ਜੋ ਅਸੀਂ ਜਿਹੜੀ ਆਪਣੀਆਂ ਸਿਹਤ ਸੇਵਾਵਾਂ ਜਿਹੜੇ ਆ ਪੇਸ਼ੈਂਟਾਂ ਨੂੰ, ਲੋਕਾਂ ਨੂੰ, ਉਹ ਆਪਣੀਆਂ ਪੂਰੀਆਂ ਚੰਗੀ ਤਰ੍ਹਾਂ ਦੇ ਸਕੀਏ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਡਾਕਟਰ ਸ਼ਿਲਪਾ, ਇੰਚਾਰਜ ਬਲੱਡ ਬੈਂਕ ਸਿਵਲ ਹੋਸਪਿਟਲ। ਦੋਸਤੋ, ਇੱਕ ਤੁਸੀਂ ਮੰਗ ਪੱਤਰ ਦਿੱਤਾ SMO ਸਾਹਿਬ ਨੂੰ ਕਿ ਇੱਥੇ ਟੈਕਨੀਸ਼ੀਅਨ ਬਹੁਤ ਘੱਟ ਆ ਸਿਵਲ ਹੋਸਪਿਟਲ ਵਿੱਚ, ਕਿੰਨੇ ਕੁ ਟੈਕਨੀਸ਼ੀਅਨ ਘੱਟ ਆ, ਕੀ ਕਹਿਣਾ ਚਾਹੋਗੇ? ਸਟਾਫ ਤਾਂ ਹਰ ਜਗ੍ਹਾ ਸਾਡੇ ਕੋਲ ਸਿਵਲ ਹੋਸਪਿਟਲ ਦੇ ਵਿੱਚ ਸ਼ੋਰਟੇਜ ਆ, ਪਰਟੀਕੁਲਰਲੀ ਸਾਡੇ ਬਲੱਡ ਬੈਂਕ ਦੇ ਵਿੱਚ ਵੀ ਕਾਫੀ ਸ਼ੋਰਟੇਜ ਆ। ਇੱਥੇ ਸਾਡੇ ਕੋਲ 5 ਪੋਸਟ ਨੇ, ਉਹਦੇ ਵਿੱਚੋਂ 4 ਪੋਸਟ 'ਤੇ ਜਿਹੜੇ ਟੈਕਨੀਸ਼ੀਅਨਸ ਆ ਉਹ ਸਾਰੇ ਕੱਚੀ ਪੋਸਟ 'ਤੇ ਹੈਗੇ, ਮਤਲਬ ਉਹ ਪੱਕੀ ਪੋਸਟ ਨਹੀਂ ਹੈਗੀ ਉਹਨਾਂ ਦੀ, ਸਾਰੇ ਕੰਟਰੈਕਟ 'ਤੇ ਰੱਖੇ ਗਏ ਨੇ, ਅਤੇ ਉਹ ਕਾਫੀ ਦੇਰ ਹੋ ਗਈ ਹਾਲੇ ਤੱਕ ਉਹਨਾਂ ਵਿੱਚੋਂ ਕੋਈ ਵੀ ਕੰਟਰੈਕਟ 'ਤੇ ਜਿਹੜਾ ਸੀ ਪੱਕਾ ਨਹੀਂ ਕੀਤਾ ਗਿਆ। ਇੱਕੋ ਪੋਸਟ ਸਾਡੇ ਕੋਲ ਜਿਹੜਾ ਸੀਗਾ ਜਿਹੜਾ ਰੈਗੂਲਰ ਇੰਪਲੋਈ ਸੀ ਉਹ ਵੀ ਰਿਟਾਇਰ ਹੋ ਗਏ ਨੇ, ਅਤੇ ਫਿਲਹਾਲ ਸਾਡੇ ਕੋਲ ਪੋਸਟ ਖਾਲੀ ਪਈ, ਸਾਰੀ ਸਰਕਾਰੀ ਪੋਸਟ ਖਾਲੀ ਪਈ ਆ, ਉਹਦੇ ਕਰਕੇ ਅਸੀਂ ਸਾਰੇ ਬਹੁਤ ਓਵਰਬਰਡਨ ਆ। ਨਾ ਕਿ ਸਿਰਫ ਬਲੱਡ ਬੈਂਕ, ਸਾਡੇ ਕੋਲ ਲੈਬ ਦੇ ਵਿੱਚ ਵੀ ਕਾਫੀ ਜ਼ਿਆਦਾ ਵਰਕਲੋਡ ਆ, ਉਹਦੇ ਵਿੱਚ ਵੀ ਟੈਕਨੀਸ਼ੀਅਨਸ ਦੀ ਸ਼ੋਰਟੇਜ। ਮੈਡਮ, ਹੁਣ ਜਿੱਦਾਂ ਕਿ ਡੇਂਗੂ ਦਾ ਆ ਰਿਹਾ ਵਾ ਸੀਜ਼ਨ, ਡੇਂਗੂ ਦੇ ਉੱਧਰੋਂ PPD ਲੈਬਸ ਹੈਗੀਆਂ ਆ, ਉਤਲੇ ਪਾਸੇ ਕਿਸ ਤਰ੍ਹਾਂ ਹੈਗੇ ਟੈਕਨੀਸ਼ੀਅਨ? ਡੀ ਲੈਬ ਦੇ ਵਿੱਚ ਵੀ ਟੈਕਨੀਸ਼ੀਅਨਸ ਦੀ ਸ਼ੋਰਟੇਜ ਆ। ਹੁਣ ਜਿੱਦਾਂ ਡੇਂਗੂ ਸੀਜ਼ਨ ਆ ਰਿਹਾ, ਬਲੱਡ ਬੈਂਕ 24 ਘੰਟੇ ਖੁੱਲ੍ਹਾ ਰਹਿੰਦਾ ਹੈ, ਉਹਦੇ ਲਈ ਸਾਨੂੰ ਐਕਸਟਰਾ ਸਟਾਫ ਦੀ ਲੋੜ ਆ। ਜਦੋਂ SDP ਬਣਾਉਣੇ ਹੁੰਦੇ ਆ, ਕਈ ਵਾਰ ਸਾਨੂੰ ਰਾਤ ਨੂੰ ਡਿਮਾਂਡ ਆਉਂਦੀ ਹੈ, ਉਹਦੇ ਲਈ ਸਾਨੂੰ ਐਕਸਟਰਾ ਟੈਕਨੀਸ਼ੀਅਨਸ ਦੀ ਲੋੜ ਆ। ਸਾਡੇ ਕੋਲ ਤਾਂ ਨੋਰਮਲ ਲਿਮਿਟ ਦੇ ਟੈਕਨੀਸ਼ੀਅਨਸ ਵੀ ਨਹੀਂ ਹੈਗੇ, ਐਕਸਟਰਾ ਤਾਂ ਬਹੁਤ ਦੂਰ ਦੀ ਗੱਲ ਆ। ਕੀ ਮੰਗ ਕਰਦੀ ਹੈ ਸਰਕਾਰ ਤੋਂ? ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਤਾਂ ਜਿਹੜਾ ਹੈਗਾ ਆ ਹੈਲਥ ਡਿਪਾਰਟਮੈਂਟ ਬਹੁਤ ਵਧੀਆ ਬਣਾਤਾ ਆ, ਅਸੀਂ ਖੋਲ੍ਹਤੇ ਆ ਆਪਣਾ ਸਾਰਾ ਕੁਛ ਖੋਲ੍ਹਤਾ ਆ, ਆਮ ਆਦਮੀ ਕਲੀਨਿਕ ਖੋਲ੍ਹਤੇ ਆ ਜਗ੍ਹਾ ਜਗ੍ਹਾ 'ਤੇ। ਸਰਕਾਰ ਤੋਂ ਤਾਂ ਸਾਡੀ ਇਹੀ ਮੰਗ ਆ ਕਿ ਪਹਿਲਾਂ ਤਾਂ ਜੇ ਅਗਰ ਕੋਈ ਕੰਟਰੈਕਟ 'ਤੇ ਟੈਕਨੀਸ਼ੀਅਨਸ ਆ ਜਾਂ ਜਿਹੜਾ ਵੀ ਸਟਾਫ ਕੰਟਰੈਕਟ 'ਤੇ, ਉਹਨਾਂ ਨੂੰ ਪੱਕਾ ਕੀਤਾ ਜਾਵੇ, ਕਿਉਂਕਿ ਇਹ ਮੁਲਾਜ਼ਮ ਕਾਫੀ ਦੇਰ ਤੋਂ ਕੰਮ ਕਰ ਰਹੇ ਨੇ। ਅਗਰ ਪੱਕਾ ਉਸ ਤੋਂ ਇਲਾਵਾ ਨਵੀਆਂ ਭਰਤੀਆਂ ਕੀਤੀਆਂ ਜਾਣ, ਤਾਂ ਕਿ ਜਿਹੜੀਆਂ ਖਾਲੀ ਪੋਸਟ ਆ, ਜਿਹੜੇ ਰਿਟਾਇਰ ਹੋ ਗਏ ਉਹਨਾਂ ਦੀ ਜਗ੍ਹਾ ਕੋਈ ਨਵੀਂ ਅਪੁਆਇੰਟਮੈਂਟ ਆਵੇ, ਤਾਂ ਕਿ ਬੜੇ ਆਰਾਮ ਨਾਲ ਸਾਰਾ ਹਸਪਤਾਲਾਂ ਦਾ ਕੰਮ ਚੱਲਦਾ ਰਹੇ।
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਨਾਮ ਜੀ? ਡਾਕਟਰ ਰਸ਼ਮੀਤ ਕੌਰ, ਮੈਂ MD ਮੈਡੀਸਨ, ਸਿਵਲ ਹੋਸਪਿਟਲ ਕਪੂਰਥਲਾ। ਡਾਕਟਰ ਸਾਹਿਬ, ਇੱਕ ਤੁਸੀਂ ਮੋਮੈਂਟਮ ਦਿੱਤਾ ਆ ਸਿਵਲ SMO ਸਾਹਿਬ ਨੂੰ ਕਿ ਤੁਹਾਡੇ ਕੋਲ ਸਟਾਫ ਦੀ ਕਮੀ ਹੈ। ਹਾਂਜੀ, ਕੀ ਕਹਿਣਾ ਚਾਹੋਗੇ ਸਰ? ਸਰ, ਇਹੀ ਹੈ ਕਿ ਸਟਾਫ ਦੀ ਕਾਫੀ ਸ਼ੋਰਟੇਜ ਹੈ। ਕਾਫੀ ਦੇਰ ਤੋਂ ਦੋ ਡਾਕਟਰ ਸਾਡੇ ਛੁੱਟੀ 'ਤੇ ਨੇ, ਸਰਜਨ ਵੀ, ਪੀਡੀਆਟ੍ਰੀਸ਼ੀਅਨ ਵੀ। ਉੱਦਾਂ ਵੀ ਜਿਵੇਂ ਸਾਡੇ ਸੀਟਸ ਜ਼ਿਆਦਾ ਨੇ, ਸਟਾਫ ਦੀ ਸ਼ੋਰਟੇਜ ਹਰ ਲੈਵਲ 'ਤੇ, ਡਾਕਟਰਸ ਦੀ, ਸਟਾਫ ਦੀ, ਸਫਾਈ ਸੇਵਕ ਦੀ, ਜਿੰਨੀਆਂ ਸੀਟਾਂ ਨੇ ਉਨੀਆਂ ਭਰੀਆਂ ਨਹੀਂ ਹੋਈਆਂ ਪੂਰੀਆਂ। ਸੋ ਸਾਡੀ ਸਰਕਾਰ ਤੋਂ ਹੀ ਹੈਗੀ ਹੈ ਰਿਕੁਐਸਟ ਕਿ ਸਾਰੀਆਂ ਸੀਟਾਂ ਭਰੀਆਂ ਜਾਣ, ਨਵੀਆਂ ਨਿਯੁਕਤੀਆਂ ਕੀਤੀਆਂ ਜਾਣ, ਤਾਂ ਕਿ ਸੁਚਾਰੂ ਢੰਗ ਨਾਲ ਸਿਵਲ ਹੋਸਪਿਟਲ ਚੱਲ ਸਕੇ। ਹੁਣ ਜਿੰਨਾ ਸਟਾਫ ਉਹਦੇ ਨਾਲ ਕੰਮ ਤਾਂ ਅਸੀਂ ਕਰ ਰਹੇ ਹਾਂ, ਪਰ ਫਿਰ ਵੀ ਇੱਕ ਡਾਕਟਰ ਜਾਂ ਜੋ ਵੀ ਸਟਾਫ 'ਤੇ ਚਾਰ ਚਾਰ ਗੁਣਾ ਕੰਮ ਹੈ। ਉਹਦੇ ਨਾਲ ਫਿਰ ਸਾਰੇ ਸਟਾਫ ਵੀ ਪਰੇਸ਼ਾਨ ਹੁੰਦਾ, ਕੰਮ ਕਰਨ 'ਚ ਵੀ ਵਿਘਨ ਪੈਂਦੇ ਨੇ। ਸਾਡੀ ਇਹੀ ਰਿਕੁਐਸਟ ਹੈ ਕਿ ਸਾਰਾ ਡਿਪਾਰਟਮੈਂਟ ਦੀ ਮੈਨ ਪਾਵਰ ਪੂਰੀ ਕੀਤੀ ਜਾਵੇ, ਤਾਂ ਕਿ ਕੋਈ ਇੰਪਲੋਈ ਵੀ ਪਰੇਸ਼ਾਨ ਨਾ ਹੋਵੇ, ਲੋਕਾਂ ਨੂੰ ਵੀ ਅੱਛੀ ਸੇਵਾ ਮਿਲੇ ਅਤੇ ਹਸਪਤਾਲ ਦਾ ਰੈਪੂਟੇਸ਼ਨ ਕਾਇਮ ਰਹੇ। ਮੈਡਮ, ਸਰਕਾਰਾਂ ਤਾਂ ਕਹਿ ਰਹੀਆਂ ਕਿ ਹੈਲਥ ਡਿਪਾਰਟਮੈਂਟ ਬਹੁਤ ਵਧੀਆ ਚੱਲ ਰਿਹਾ ਆ, ਆਮ ਆਦਮੀ ਕਲੀਨਿਕ ਖੋਲ੍ਹੇ ਹੋਏ ਆ, ਟੈਸਟਿੰਗ ਫ੍ਰੀ ਹੋ ਰਹੀ ਆ, ਪਰ ਉਹ ਚੀਜ਼ਾਂ ਸਰ ਹੈ, ਦੈਟ ਇਜ਼ ਅ ਸੈਪਰੇਟ ਥਿੰਗ, ਬਟ ਮੈਨ ਪਾਵਰ ਦੀ ਕਮੀ ਜ਼ਰੂਰ ਹੈ। ਜੇ ਆਪਣੇ ਕੋਲ ਸਾਰਾ ਸਮਾਨ ਹੈ ਵੀ, ਉਹਨੂੰ ਚਲਾਉਣ ਵਾਸਤੇ ਵੀ ਇਨਸਾਨ ਦੀ ਜ਼ਰੂਰਤ ਪਏਗੀ। ਜਿਵੇਂ ਹੁਣ ਸਲੀਪਰ ਸਾਡੇ ਕੋਲ ਬਹੁਤ ਸ਼ੋਰਟ ਨੇ, ਸਫਾਈ ਦਾ ਦੇਖੋ, ਹੋਸਪਿਟਲ ਸਾਫ਼ ਹੋਣਾ ਸਭ ਤੋਂ ਜ਼ਰੂਰੀ ਹੈ। ਇੱਥੇ ਸਾਡੇ ਕੋਲ ਬਾਇਓਮੈਡੀਕਲ ਵੇਸਟ ਜਨਰੇਟ ਹੁੰਦਾ, ਇਸੀ ਸਾਡੇ ਕੋਲ ਸਫਾਈ ਸੇਵਕ ਦੀ ਕਮੀ ਹੈ, ਸਟਾਫ ਨਰਸ ਦੀ ਕਮੀ, ਜਿਨ੍ਹਾਂ ਨੇ ਇੰਜੈਕਸ਼ਨਸ ਲਾਉਣੇ ਆ, ਲੋਕਾਂ ਦਾ ਧਿਆਨ ਰੱਖਣਾ ਜਿਹੜੇ ਦਾਖਲ ਨੇ। ਸਮਾਨ ਹੈ, ਬਟ ਸਾਨੂੰ ਮੈਨ ਪਾਵਰ ਦੀ ਲੋੜ ਬਹੁਤ ਹੈ, ਤਾਂ ਕਿ ਉਸਦਾ ਅਸੀਂ ਸਮਾਨ ਦਾ ਅੱਛੀ ਤਰ੍ਹਾਂ ਇਸਤੇਮਾਲ ਕਰ ਸਕੀਏ, ਫੈਸਿਲਿਟੀਜ਼ ਅੱਛੀ ਤਰ੍ਹਾਂ ਯੂਜ਼ ਕਰ ਸਕੀਏ। ਜੇ ਸਟਾਫ ਆ ਜਾਏ ਤਾਂ ਕੰਮ ਹੋਰ ਵਧੀਆ ਹੋ ਜਾਏਗਾ। ਠੀਕ, ਠੀਕ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਇੱਕ ਤੁਹਾਨੂੰ ਤੁਹਾਡੇ ਸਰ ਸਟਾਫ ਨੇ ਸਿਰਫ ਕਪੂਰਥਲਾ ਦੇ ਨੇ ਮੰਗ ਪੱਤਰ ਦਿੱਤਾ ਕਿ ਸਟਾਫ ਦੀ ਬੜੀ ਕਮੀ ਆ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਜੀ, ਉਹਨਾਂ ਨੇ ਮੰਗ ਪੱਤਰ ਮੈਨੂੰ ਦਿੱਤਾ ਸੀਗਾ, ਉਹਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਸਾਡੇ ਕੋਲ ਸਟਾਫ ਸਟਰੈਂਥ ਬਹੁਤ ਘੱਟ ਗਈ ਹੈ। ਅਸੀਂ ਇੱਕ 100 ਬੈਡਡ ਹੋਸਪਿਟਲ ਹੈਗੇ ਹਾਂ, ਉਹਦੇ ਵਿੱਚ ਵੀ ਸਟਾਫ ਸਟਰੈਂਥ 50% ਹੈਗੀ ਹੋਈ, ਔਰ ਜਿਹੜਾ ਪੇਸ਼ੈਂਟ ਲੋਡ ਹੈਗਾ ਆਲਮੋਸਟ ਡਬਲ ਹੋ ਚੁੱਕਾ ਹੈ। ਇਸ ਕਰਕੇ ਉਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ, ਮੈਂ ਉਹ ਮੰਗ ਪੱਤਰ ਅੱਗੇ ਭੇਜ ਚੁੱਕਾ ਹੈ। ਅਤੇ ਸਰ, 100 ਤੋਂ ਹੁਣ ਕਹਿੰਦੇ 200 ਬੈੱਡ ਦਾ ਹੋ ਚੁੱਕਾ ਹੈ ਹੋਸਪਿਟਲ। ਜੀ ਜੀ ਜੀ। ਅਤੇ ਸਟਾਫ ਦੀ ਕਿੱਦਾਂ ਹੋਊਗੀ ਪੂਰਤੀ, ਕਿਸ ਤਰ੍ਹਾਂ? ਹਾਂਜੀ, ਸਰਕਾਰ ਨੂੰ ਟਾਈਮ ਟਾਈਮ 'ਤੇ ਅਸੀਂ ਬੇਨਤੀ ਕੀਤੀ ਹੋਈ ਹੈ, ਔਰ ਸਰਕਾਰ ਨੇ ਇਹ ਕਿਹਾ ਹੈਗਾ, ਹੈਲਥ ਮਿਨਿਸਟਰ ਸਾਹਿਬ ਨੇ ਇਹ ਵੀ ਕਿਹਾ ਹੈਗਾ ਕਿ ਅਸੀਂ ਜਲਦ ਤੋਂ ਜਲਦ ਇਹਦੀ ਪੂਰਤੀ ਕਰਾਂਗੇ ਸਟਾਫ ਦੀ। ਸਰ, ਜਿਹੜਾ ਕੰਟਰੈਕਚੁਅਲ ਸਟਾਫ ਹੈਗਾ, ਉਹਦੀ ਕਿਸ ਤਰ੍ਹਾਂ ਪੱਕਾ ਹੋਊਗਾ ਕਿ ਕਿੱਦਾਂ? ਜਿੱਦਾਂ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਜੀ, ਜਿੱਦਾਂ ਉਹ ਕਹਿਣਗੇ, ਜਿੱਦਾਂ ਗਾਈਡੈਂਸ ਆਏਗੀ, ਜਿੱਦਾਂ ਔਰਡਰਸ ਆਣਗੇ, ਉਸ ਹਿਸਾਬ ਨਾਲ ਅਸੀਂ ਉਹਨੂੰ ਅਮਲ ਕਰਾਂਗੇ। ਠੀਕ ਹੈ, ਥੈਂਕ ਯੂ।